ਉਪੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ 2 ਸਾਲ ਹੋ ਗਏ ਹਨ ਜਦੋਂ ਤੋਂ ਪੰਜਾਬ ਵਿੱਚ ਸਰਕਾਰ ਆਈ ਹੈ ਉਦੋਂ ਤੋਂ ਹੀ ਪੂਰੇ ਸੂਬੇ ਵਿੱਚ ਮਾਈਨਿੰਗ ਤੇ ਪਾਬੰਦੀ ਲੱਗੀ ਹੋਈ ਹੈ ਪਰ ਫਿਰ ਵੀ ਕੁਝ ਲੋਕ ਨਜਾਇਜ਼ ਫਾਈਨਿੰਗ ਕਰਕੇ ਨਿੱਜੀ ਲਾਭ ਉਠਾ ਰਹੇ ਹਨ ਜਿਹਾ ਕੁਝ ਜ਼ਿਲ੍ਹਾ ਪਠਾਨਕੋਟ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਜ਼ਿਲ੍ਹੇ ਦੇ ਨੰਗਲਪੁਰ ਅਤੇ ਮਾਉਣ ਥਾਣਿਆਂ ਦੀ ਖਾਦ ਸਾਂਝੀ ਹੈ ਇੱਥੇ ਕੁਝ ਲੋਕਾਂ ਵੱਲੋਂ ਨਜਾਇਜ਼ ਮਾਈਨਿੰਗ ਕੀਤੀ ਜਾ ਰਹੀ ਸੀ ਜਿਸ ਤੇ ਨੰਗਲਪੁਰ ਪੁਲਿਸ ਅਤੇ ਮਾਈਨਿੰਗ ਵਿਭਾਗ ਨੇ ਛਾਪਾ ਮਾਰ ਕੇ ਮਾਈਨਿੰਗ ਕਰ ਰਹੇ ਇੱਕ ਜੀਐਸਵੀ ਅਤੇ ਚਾਰ ਟੀਪਰ ਜ਼ਬਤ ਕੀਤੇ ਉਥੇ ਹੀ ਥਾਣਾ ਮਾਮੁੰਦੀ ਹੱਦ ਅੰਦਰ ਪੁਲਿਸ ਨੇ ਇੱਕ ਟਰੈਕਟਰ ਟਰਾਲੀ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਜਿਸ ਨੂੰ ਗ੍ਰਿਫਤਾਰ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ਜਦੋਂ ਇਸ ਸੰਬੰਧੀ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜ਼ਿਲ੍ਹੇ ਚ ਵਕ ਵਕ ਥਾਵਾਂ ਤੇ ਮਾਈਨਿੰਗ ਹੋਣ ਦੀ ਸੂਚਨਾ ਮਿਲੀ ਸੀ ਪੁਲਿਸ ਤਰਫੋਂ ਕਾਰਵਾਈ ਕਰਦੇ ਹੋਏ ਚੱਕੀ ਦਰਿਆ ਤੋਂ 4 ਟਿਪਰ ਅਤੇ 1 ਜੀਐਸਬੀ ਮਸ਼ੀਨ ਸਮੇਤ 6 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਦੂਜੇ ਪਾਸੇ ਮਾਮੂਨ ਵਿੱਚ ਟਰੈਕਟਰ ਟਰਾਲੀ ਸਮੇਤ ਇੱਕ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਸ ਨਜਾਇਜ਼ ਮਾਈਨਿੰਗ ਪਿੱਛੇ ਕਿਸ ਦਾ ਹੱਥ ਹੈ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਪਠਾਨਕੋਟ ਤੋਂ ਜੀਐਸੰਦੂ ਦੀ 09 ਟਿਬਲੀ ਰਿਪੋਰਟ ਦੇਖੋ ਨਜਾਇਜ਼ ਮਾਈਨਿੰਗ ਦੇ ਖਿਲਾਫ ਸਾਡੀ ਲਗਾਤਾਰ ਪਠਾਨਕੋਟ ਪੁਲਿਸ ਦੀ ਕਾਰਵਾਈ ਜਿਹੜੀ ਹੈਗੀ ਉਹ ਚੱਲ ਰਹੀ ਆ ਕੱਲ ਵੀ ਅਸੀਂ ਸ਼ਾਮ ਨੂੰ ਨਜਾਇਜ਼ ਮਾਈਨਿੰਗ ਦੇ ਦੋ ਆਪਰੇਸ਼ਨਸ ਕੀਤੇ ਆ ਜਿਹਦੇ ਵਿੱਚ ਨੰਗਲਪੂਰ ਦੇ ਏਰੀਆ ਦੇ ਵਿੱਚ ਜਿਹੜਾ ਚੱਕੀ ਰਿਵਰ ਆ ਉਥੋਂ ਅ ਮੌਕੇ ਦੇ ਉੱਤੇ ਜਿਹੜੀ ਹੈਗੀ ਨਜਾਇਜ਼ ਮਾਈਨਿੰਗ ਕਰਦੇ ਹੋਏ ਇੱਕ ਜੀਸੀਬੀ ਮਸ਼ੀਨ ਤੇ ਚਾਰ ਟਿਪਰ ਜਿਹੜੇ ਹੈਗੇ ਆ ਉਹ ਲੋਡਡ ਜਿਹੜੇ ਹੈਗੇ ਆ ਅ ਇਹਦੇ ਨਾਲ ਰੌ ਮਟੀਰੀਅਲ ਨਾਲ ਲੋਡਡ ਆ ਉਹਨਾਂ ਨੂੰ ਜਿਹੜਾ ਹੈਗਾ ਸੀ ਇੰਟਰਸੈਪਟ ਕਰਕੇ ਛੇ ਦੋਸ਼ੀਆਂ ਨੂੰ ਉਹਦੇ ਚ ਗ੍ਰਿਫਤਾਰ ਕੀਤਾ ਔਰ ਉਸ ਤੋਂ ਬਾਅਦ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਕਿਉਂਕਿ ਜਿਹੜੀ ਇਹ ਮਾਈਨਿੰਗ ਆ ਆਫਟਰ ਆਲ ਇਲੀਗਲ ਮਾਈਨਿੰਗ ਕਰਾਉਂਦੇ ਆ ਆਫਟਰ ਆਲ ਕਿਸੇ ਨਾ ਕਿਸੇ ਨੂੰ ਤਾਂ ਇਹਦਾ ਐਡਵਾਂਟੇਜ ਜਾਂਦਾ ਆ ਔਰ ਐਡਵਾਂਟੇਜ ਨੇਚਰਲੀ ਜਿਹੜੇ ਹੈਗੇ ਆ ਕ੍ਰਸ਼ਿੰਗ ਕਰਦੇ ਆ ਕ੍ਰਸ਼ਰਸ ਹੈਗੇ ਆ ਜਿਨ੍ਹਾਂ ਦੇ ਹੈਗੇ ਆ ਜਿਹੜੇ ਕ੍ਰਸ਼ਿੰਗ ਕਰਾਉਨਰਸ ਹੈਗੇ ਆ ਉਹਨਾਂ ਨੂੰ ਜਾਂਦਾ ਉਹ ਸਾਰੀ ਇਹ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਆ ਜਿਹੜਾ ਵੀ ਇਹਦੇ ਚ ਦੋਸ਼ੀ ਪਾਇਆਗਾ ਉਹਨੂੰ ਬਖਸ਼ਿਆ ਨਹੀਂ ਜਾਏਗਾ ਤੇ ਦੂਸਰਾ ਉਹਨਾਂ ਦੇ ਖਿਲਾਫ ਅਸੀਂ ਸਖਤ ਕਾਨੂੰਨੀ ਕਾਰਵਾਈ ਜਿਹੜੀ ਹੈਗੀ ਕੀਤੀ ਕਰਾਂਗੇ ਇਸ ਤੋਂ ਪਹਿਲਾਂ ਵੀ ਅਸੀਂ ਜਿਹੜੀ ਹੈਗੀ ਆ ਸਖਤ ਕਾਨੂੰਨੀ ਕਾਰਵਾਈ ਕੀਤੀ ਆ ਆ ਜਿਹੜੀਆਂ ਅਸੀਂ ਪਹਿਲਾਂ ਵੀ ਟਿੱਪਰ ਰਿਕਵਰ ਕੀਤੇ ਆ ਮਾਈਨਿੰਗ ਕਰਦੇ ਉਸ ਤੋਂ ਬਾਅਦ ਉਹਨਾਂ ਤੇ ਜਿਹੜੇ ਕ੍ਰਸ਼ਰ ਓਨਰਸ ਹੈਗੇ ਦੋਵਾਂ ਨੂੰ ਅਰੈਸਟ ਕੀਤਾ ਸੀ ਇਸ ਕੇਸ ਦੇ ਵਿੱਚ ਵੀ ਅਸੀਂ ਜਿਹੜੇ ਹੈਗੇ ਆ ਦੋਸ਼ੀ ਪਾਏਗੇ ਜਿਹੜੇ ਪਾਏ ਜਾਣਗੇ ਉਹਨਾਂ ਨੂੰ ਅਸੀਂ ਇਸ ਕੇਸ ਦੇ ਵਿੱਚ ਸਖਤ ਕਾਨੂੰਨੀ ਕਾਰਵਾਈ ਕਰਾਂਗੇ ਇਸ ਤੋਂ ਇਲਾਵਾ ਦੂਸਰਾ ਜਿਹੜਾ ਸੈਕੰਡ ਆਪਰੇਸ਼ਨ ਆ ਉਹਦੇ ਵਿੱਚ ਉਹ ਵੀ ਚੱਕੀ ਰਿਵਰ ਚ ਪਰ ਬਮੂਨ ਪੁਲਿਸ ਸਟੇਸ਼ਨ ਦੇ ਏਰੀਆ ਚ ਕੀਤਾ ਗਿਆ ਉੱਥੇ ਵੀ ਜਿਹੜੀ ਹੈਗਾ ਮੌਕੇ ਤੇ ਮਾਈਨਿੰਗ ਕਰਦੇ ਹੋਏ ਜਿਹੜੇ ਹੈਗੇ ਆ ਉਹ ਦੋਸ਼ੀ ਇੱਕ ਦੋਸ਼ੀ ਗ੍ਰਿਫਤਾਰ ਕੀਤਾ ਉਹਦੇ ਤੋਂ ਜਿਹੜੇ ਕਾ ਹਾਈਡਰੌਲਿਕ ਵਹੀਕਲ ਜਿਹੜੇ ਹੈਗੇ ਆ ਉਹ ਬਰਾਮਦ ਕੀਤੇ ਗਏ ਜਿਹਦੇ ਚ ਜਿਹੜਾ ਰੌ ਮਟੀਰੀਅਲ ਆ ਇਲੀਗਲ ਮਾਈਨਿੰਗ ਕਰਕੇ ਉਹ ਲਿਜਾਇਆ ਜਾ ਰਿਹਾ ਸੀਗਾ ਸੋ ਸਾਡੀ ਜਿਹੜੀ ਆ ਇਹ ਕਾਰਵਾਈ ਇਹ ਲਗਾਤਾਰ ਜਾਰੀ ਹੈ ਔਰ ਫਿਊਚਰ ਦੇ ਵਿੱਚ ਵੀ ਇਸੇ ਤਰ੍ਹਾਂ ਅਸੀਂ ਜਾਰੀ ਰੱਖਾਂਗੇ